धन वाहे गुरु साहेब जी, तुद बिन दूजा नाही कोए, तू करतार करह सो हो। तेरा जोर तेरी मान टेक, सदा सदा जप नानक एक। विसर नाहीं दातार, अपना नाम देह गुण गावा दिन रात, नानक चाओ एह। वाहिगुरु साहिब जी, कबित काट काट अंतर अवसर्ब निरंतर है, सूक्ष्म स्थूल मूल कैसे पहचानिया। निर्गुण अदृष्ट दृष्ट मैं नाना प्रकार, अलख लखे नादाय कैसे और आनी है। सात रूप नाम सात नाम सात गुर ज्ञान ध्यान, पूर्ण ब्रह्म सर्वात्म कै मानिए। वाहिगुरु जी का खालसा, वाहिगुरु जी की फतेह। परम सन्मान योग सत्कार योग गुरु सवारी गुरु प्यारी गुरु का खास रूप खालसा साध संगत जीओ। सतगुरु गरीब नवाज दातार प्रभु अमृत के दाते दयालु सतगुरु गुरु गोबिंद सिंह साहब महाराज, जिन्हां दी चरण छो नाल पवित्र हुई धरती, पावन पवित्र अस्थान जिथे मेरे दाते ने आ करके अधोगति जुन्नी विच पई सरपणी दा उद्धार कीता है, ते उहदियां जूनां कट्टियां ने। वह इस अस्थान ते सी जद गुरु की संगत इस अस्थान ते अके नकमस्तक हुंदी अरदासां करदी, महाराज उहनां दे दुख कटदे ने, दर्द कटदे ने, जुन्नियां कटदे ने, आवागमन कटदे, सतगुरु ग्रंथ साहिब महाराज जी की गोद का आनंद मानते आ रहे हैं। कृपालु सतगुरु महाराज सच्चे पातशाह ने कुछ विधियां कुछ विधान बनाया है, कुछ मर्यादावां बनाईयां ने। एक इकले ने, दो ने, चारा ने, दसा ने, सौ ने पार उतरना है, वो किवें उतरेगा। जीवन विच तब्दीली लियानी है, कारोबार विच तब्दीली लियानी है, टेंदी कला तो चढ़दी कला वाले जाना है, और रोगां तो मुक्ति पा के आरोगत जीवन जीना है, किवें जोया जाएगा। हर थान ते जाने आ संसार दे अंदर कोई सत्कार नहीं देंदा, कोई आदर नहीं देंदा। वो आदर सत्कार
ਅਦਬ ਚਾਹੁੰਦਾ ਹਰ ਕੋਈ ਇਹ ਮੇਰਾ ਹੋਵੇ, ਪਰ ਇਹ ਸਾਰਿਆਂ ਦੇ ਹਿੱਸੇ ਸਾਰਿਆਂ ਤੋਂ ਆਉਂਦਾ ਨਹੀਂ, ਸਾਰਿਆਂ ਤੋਂ ਆਉਂਦਾ ਨਹੀਂ, ਸਾਰਿਆਂ ਨੂੰ ਬਣ ਨਹੀਂ ਆਉਂਦਾ। ਚਾਹੁੰਦੇ ਸਾਰੇ ਨੇ, ਜਿਹੜੇ ਸਾਰੇ ਚਾਹੁੰਦੇ ਆ ਨਾ ਉਹ ਸਾਰੇ ਮਨੋ। ਮੈਂ ਤੁਹਾਨੂੰ ਦਿਖਾਵਾ ਕਰਾਂਗਾ, ਤੁਸੀਂ ਮੈਨੂੰ ਕਰੋਗੇ, ਲੋਕਾਂ ਨੂੰ ਦੱਸੋਗੇ, ਇਹ ਨਾ ਹੋਵੇ। ਮਨੋ ਔਰ ਮਨ ਕਰਕੇ, ਬੋਲਾਂ ਕਰਕੇ, ਸਰੀਰ ਕਰਕੇ ਸਤਿਗੁਰੂ ਦਾ ਸਤਿਕਾਰ ਕਰਨ ਲੱਗ ਪਓ। ਮਨੋ ਬੋਲਾਂ, ਮਨ ਵਿੱਚ ਪ੍ਰੇਮ ਸ਼ਰਧਾ, ਬੋਲ ਪ੍ਰੇਮ ਭੇਜੇ ਗੁਰੂ 'ਤੇ ਭਰੋਸੇ ਵਾਲੇ, ਤਨ ਗੁਰੂ ਦੀ ਲਕੀਰ ਖਿੱਚੀ ਹੋਈ ਤੋਂ ਅੱਗੇ ਨਹੀਂ ਜਾਏਗਾ, ਮਰਜ਼ਾਦਾ ਦੀ ਉਹਨੂੰ ਲੰਘਣ ਨਹੀਂ ਕਰੇਗਾ। ਅਤੇ ਸਾਰੇ ਸੁੱਖ ਨੇ ਇਹਦੀ ਸ਼ਰਨ ਵਿੱਚ ਆਇਆ। ਮਹਾਰਾਜ ਨੇ ਆਪ ਬਚਨ ਕਹੇ, ਜੋ ਸੁੱਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇਹ। ਜਿਹੜਾ ਚਾਹੁੰਦਾ ਹੈ ਨਾ ਮਨੁੱਖ, ਮਹਾਰਾਜ ਨੇ ਕਿਹਾ ਅਸੀਂ ਚਾਹੁੰਦੇ ਨਹੀਂ, ਅਸੀਂ ਆਏ ਜਿਵੇਂ ਤੁਰੇ ਜਾਂਦੇ ਹਾਂ। ਆਪਾਂ ਕਈਆਂ ਨੂੰ ਕਹਿ ਦਿੰਦੇ ਜੀ ਸਤਿ ਸ਼੍ਰੀ ਅਕਾਲ ਜੀ, ਹੁਣ ਉਹਨੂੰ ਬਦੋ ਬਦੀ ਕਹਿਣੀ ਪੈਂਦੀ ਹੈ। ਕਈ ਵਾਰ ਬਾਹਰੋਂ ਸਤਿ ਸ਼੍ਰੀ ਅਕਾਲ ਹੁੰਦੀ, ਅੰਦਰੋਂ ਗਾਲੀ ਗਲੋਚ ਕਰੀਦਾ ਕਿ ਕਿਤੇ ਬਲਾ ਚੰਬੜ ਨਾ ਜਾਵੇ। ਹੁਣ ਉਹ ਅੰਦਰੋਂ ਤਾਂ ਨਹੀਂ ਨਾ, ਇਉਂ ਹੀ ਬਹੁਤਾਦ ਅੰਦਰ ਜਿਵੇਂ ਉਹਨੂੰ ਦਿਖਾਵੇ ਲਈ ਬੁਲਾਇਆ, ਐਵੇਂ ਦਿਖਾਵੇ ਵਾਸਤੇ ਅਸੀਂ ਕਦੇ ਮੱਥਾ ਟੇਕਦੇ ਹਾਂ, ਦਿਖਾਵੇ ਵਾਸਤੇ ਕਦੇ ਪਰਿਕਰਮਾ ਕਰਦੇ ਹਾਂ, ਦਿਖਾਵੇ ਵਾਸਤੇ ਕਦੇ ਸੰਗਤ ਵਿੱਚ ਬਹਿੰਦੇ ਹਾਂ, ਕਦੇ ਸੇਵਾ ਵਿੱਚ ਵੀ ਦਿਖਾਵੇ ਦੀ ਕਰਦੇ ਹਾਂ, ਕਦੇ ਦਿਖਾਵੇ ਮਾਤਰ ਬਾਣੀ ਵੀ ਪੜ੍ਹਦੇ ਹਾਂ। ਗੁਸਤਾਖੀ ਮਾਫ, ਉਹ ਦਿਖਾਵਾ ਮਹਾਰਾਜ ਨੇ ਕਿਹਾ ਪਖੰਡ ਕਰਮ ਧਰਮ ਪਾਖੰਡ ਜੋ ਦਿਸੈ ਦਿਖਾਵਾ ਪਖੰਡ। ਜੋ ਤੂੰ ਬਾਹਰੋਂ ਬਣ ਕੇ ਲੋਕਾਈ ਨੂੰ ਦਿਖਾ ਰਿਹਾ ਹੈ ਨਾ, ਉਹ ਅੰਦਰ ਹੋਵੇ ਤੇਰੇ, ਅਤੇ ਜੋ ਤੇਰੇ ਅੰਦਰ ਹੋਵੇ ਉਹ ਤੇਰੇ ਬੋਲ ਹੋਣ, ਜੋ ਤੇਰੇ ਬੋਲ ਹੋਣ ਉਹ ਕਰਮ ਕਰ ਰਿਹਾ ਹੋਵੇਂ, ਚੱਲ ਰਿਹਾ ਹੋਵੇਂ। ਮੇਰੀ ਤਰ੍ਹਾਂ ਰੌਲਾ ਹੀ ਨਾ ਪਾਈ ਜਾਈ, ਬਈ ਸ਼ਰਾਬ ਪੀਣੀ ਮਨੇ ਆ ਨਾ ਪੀਵੋ, ਅਤੇ ਆਹ ਪਾਸੇ ਜੇ ਹੋ ਕੇ ਅੱਖ ਬਚਾ ਕੇ ਦੋ ਤਿੰਨ ਪੈਗ ਲਾ ਹੀ ਲੈਂਦਾ ਹੈ, ਔਰ ਦੂਜਿਆਂ ਨੂੰ ਕਹਿਣਾ ਨਾਚ ਅਖਾੜੇ ਨਾ ਦੇਖੋ, ਘਰਾਂ 'ਚ ਸਮਾਗਮਾਂ 'ਤੇ ਆਪਣੇ ਕੰਨ ਲੜਕੀਆਂ ਨੂੰ ਨਾ ਨਚਾਓ, ਅਤੇ ਆਪ ਨਚਾਉਣੀਆਂ ਇਹੀ ਹੈ ਨਾ, ਆਪ ਉਹ ਨਾ ਕਰਨਾ, ਉਹ ਪਖੰਡ ਦਿਖਾਵਾ ਕਰਨਾ ਬਾਹਰੋਂ। ਮਹਾਰਾਜ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ। ਜਿਹੜਾ ਗੁਰੂ ਦਾ ਗੁਰੂ ਦੇ ਪਿਆਰਿਆਂ ਦਾ ਬਚਨ ਕਮਾਉਂਦਾ ਹੈ, ਫਿਰ ਗੁਰੂ ਉਹਦੇ ਦੁੱਖ ਕੱਟ ਦਿੰਦਾ ਹੈ। ਅਤੇ ਜੇ ਅਸੀਂ ਇਕੱਲਾ ਕਈ ਆਏ ਮੱਥਾ ਟੇਕੀਏ ਟੇਕਦੇ ਹਾਂ, ਬੜੀਆਂ ਕਈ ਵਾਰ ਨੱਕ ਨਾਲ ਲਕੀਰਾਂ ਵੀ ਕੱਢਦੇ ਹਾਂ, ਬਈ ਭਲਾ ਹੋ ਜਾਊ, ਐਂ ਨਹੀਂ। ਜਿੰਨਾ ਚਿਰ ਅੰਦਰੋਂ ਬਦਲਾਓ ਨਹੀਂ, ਇਹ ਤਿੰਨਾਂ ਜਗਾਵਾਂ 'ਤੇ ਮਨ ਬਾਣੀ ਸਰੀਰ ਕਰਕੇ ਬਦਲਾਓ ਨਹੀਂ ਆਇਆ, ਉਹਨਾਂ ਚਿਰ ਕੁਝ ਨਹੀਂ ਹੋਣਾ। ਨਹੀਂ ਤਾਂ ਅਪਰਾਧੀ ਦੂਣਾ ਨਿਵੇ, ਜਿਹੜਾ ਅਪਰਾਧ ਕਰਨ ਵਾਲਾ ਨਾ, ਸੰਨ ਲਾਉਣ ਵਾਲਾ ਜਾਂ ਚੋਰੀ ਕਰਨ ਵਾਲਾ, ਕਿਸੇ ਨੂੰ ਲੁੱਟਣਾ ਹੈ, ਉਹ ਬੜੀਆਂ ਮਿੱਠੀਆਂ ਗੱਲਾਂ ਮਾਰੇਗਾ, ਬੜਾ ਤੁਹਾਡੇ ਅੱਗੇ ਪਿੱਛੇ ਘੁੰਮੇਗਾ, ਉਹਨੇ ਠੱਗੀ ਨੂੰ ਮਾਰਨੀ ਹੈ ਔਰ ਉਹਨੇ ਤੁਹਾਡਾ ਵਿਸ਼ਵਾਸ ਨੂੰ ਜਿੱਤਣਾ ਹੈ। ਅਤੇ ਉਹੀ ਕੰਮ ਫਿਰ ਅਸੀਂ ਕਰ ਰਹੇ ਹਾਂ, ਜੋ ਹੰਤਾ ਮਿਰਗਾਹੇ, ਜੋ ਅੰਦਰ ਹੰਕਾਰ। ਅਤੇ ਮਹਾਰਾਜ ਕਹਿੰਦੇ ਸੀਸ ਨਵਾਇਆ ਕਿਆ ਥੀ ਹੈ, ਜੇ ਇਕੱਲਾ ਸਿਰ ਨਵਾਈ ਗਿਆ, ਗੱਲ ਨਹੀਂ ਮੰਨੀ, ਨਾ ਮਨ ਵਿੱਚ ਪ੍ਰੇਮ ਹੈ, ਨਾ ਤੇਰੇ ਬੋਲਾਂ ਵਿੱਚ, ਨਾ ਤੇਰੀ ਕਿਰਤ ਵਿੱਚ, ਨਾ ਤੇਰੇ ਕਰਮ ਸਾਫ਼ ਸੁਥਰੇ, ਨਾ ਜੀਵਨ ਸਾਫ਼ ਸੁਥਰਾ ਹੈ। ਮਹਾਰਾਜ ਕਹਿੰਦੇ ਫਿਰ ਸੀਸ ਨਵਾਇਆ ਕਿਆ ਥੀ ਹੈ, ਜੋ ਹਿਰਦੇ ਕੁਛ ਸੁਧੇ ਜਾਏ, ਜਦੋਂ ਅੰਦਰੋਂ ਪੁੱਠੇ ਵਿਚਾਰ ਨੇ ਕੀ ਕਰੇਗਾ, ਬਦਲਾਓ ਲਿਆ ਆਪਣੇ ਜੀਵਨ ਵਿੱਚ ਲਿਆ, ਆਪਣੇ ਬੋਲਾਂ ਵਿੱਚ ਲਿਆ। ਮਹਾਰਾਜ ਨੇ ਉਹ ਸਾਨੂੰ ਮਾਰਗ ਦਿੱਤਾ, ਉਹ ਬੋਲ ਦਿੱਤੇ, ਉਹ ਸਾਨੂੰ ਮਾਰਗ 'ਤੇ ਚੱਲਣ ਲਈ ਕਦਮ ਦਿੱਤੇ, ਅੰਦਰ ਬਾਹਰ ਦੇ। ਚੱਲ ਮਨ ਤੁਰ, ਭਰੋਸਾ ਕਰੇਗਾ, ਜਿਉਂਦੇ ਜੀ ਜੁੜ,
ਅਤੇ ਫਿਰ ਕਦੇ ਤੇਰਾ ਵਿਛੋੜਾ ਨਹੀਂ ਹੋਵੇਗਾ। ਇੱਥੇ ਦੁੱਖਾਂ ਰੋਗਾਂ ਦਰਦਾਂ ਦਾ ਨਾਸ਼ ਹੁੰਦਾ। ਕੋਈ ਭਾਵਨਾ ਬਣਾਵੇ, ਗੁਰੂ ਉਪਾਧੀਆਂ ਬਖਸ਼ਦਾ, ਗੁਰੂ ਚੜ੍ਹਦੀਆਂ ਕਲਾ ਬਖਸ਼ਦਾ। ਇੱਕ ਰੁਲਦੇ ਫਿਰਦੇ ਕੀੜੇ ਨੂੰ ਵੀ ਇਹ ਬਾਦਸ਼ਾਹ ਬਦਾਨ ਦੇਣ ਵਾਲਾ ਅਸਥਾਨ ਹੈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ। ਬੜੇ ਬੜੇ ਆਉਂਦੇ ਆ ਕੇ ਅਰਦਾਸਾਂ ਬੇਨਤੀਆਂ ਇਸ ਪਾਵਨ ਅਸਥਾਨ 'ਤੇ ਕਰਦੇ। ਮੰਗਤੇ ਤਾਂ ਬੜੇ ਖੜ੍ਹੇ ਹੁੰਦੇ ਨੇ, ਸਾਰੇ ਹੀ ਮੰਗਣ ਲਈ ਖੜ੍ਹੇ ਹੁੰਦੇ ਆ ਨਾ। ਆ ਵਿਆਹ ਹੋਵੇ, ਸ਼ਾਦੀ ਹੋਵੇ, ਪੈਲਸ ਹੋਵੇ, ਗੁਰਦੁਆਰਾ ਹੋਵੇ, ਘਰ ਹੋਵੇ, ਅਤੇ ਕਿੰਨੇ ਮੰਗਤੇ ਮੂਹਰੇ ਆ ਜਾਂਦੇ। ਅਤੇ ਆਪਾਂ ਪੈਸੇ ਉਹਨੂੰ ਹੀ ਦਿੰਦੇ ਹਾਂ, ਖਰਾਤ ਉਹਨੂੰ ਹੀ ਪਾਉਣੇ ਜਿਹੜਾ ਆਪਾਂ ਨੂੰ ਚੰਗਾ ਲੱਗੇ। ਦੂਜੇ ਨਾ ਕਿਹਦਾ ਚਲਿਆ ਜਾ, ਜਿੰਨਾ ਮਰਜ਼ੀ ਰੌਲਾ ਪਾਈ ਜਾ। ਕਈਆਂ ਨੂੰ ਤਾਂ ਭਜਾ ਦੇਈਦਾ, ਕਈਆਂ ਨੂੰ ਕਬੂਲ ਵੀ ਬੋਲੀ ਦੇ, ਬੜੇ ਉਹ ਦੁਖੀ ਹੁੰਦੇ। ਹੁਣ ਕਈ ਆਉਂਦੇ ਨੇ ਗੁਰੂ ਤੋਂ ਮੰਗਦੇ ਨੇ, ਮੰਗਦੇ ਨੇ, ਮੰਗਦੇ, ਉਹ ਕਹਿੰਦਾ ਮੇਰੀ ਮੁਰਾਦ ਪੂਰੀ ਨਹੀਂ ਹੋਈ, ਸਗੋਂ ਦੁਖੀ ਹੋ ਗਿਆ। ਹੈ ਤਾਂ ਮੰਗਤਾ ਮਾਲਕ ਨੇ ਕਬੂਲ ਬੋਲ ਦਿੱਤੇ, ਨਾ ਖਰਾਤ ਦਿੱਤੀ, ਦੁਖੀ ਹੋ ਗਿਆ ਉਹ ਨੇ। ਅਤੇ ਦਾਤਾ ਜੀ ਦੇ 'ਤੇ ਪ੍ਰਸੰਨ ਹੋਇਆ, ਦੁੱਖ ਦੇ ਕੱਟੇ ਜਾਣੇ ਜੇ। ਇਹ ਨਹੀਂ ਕਿ ਮੈਨੂੰ ਆਣ ਕੇ ਕੋਈ ਕਹੇ, ਤੁਹਾਨੂੰ ਕਹੇ, ਤੁਸੀਂ ਕਿਹਾ ਸੀ ਆ, ਨਹੀਂ। ਗੁਰਮੁਖੋ ਅੰਦਰ ਭਾਵਨਾ ਹੋਵੇ, ਅੰਦਰ ਪ੍ਰੇਮ ਹੋਵੇ, ਅਤੇ ਗੁਰੂ ਉਹਦੇ ਦੁੱਖ ਕੱਟ ਦਿੰਦਾ ਜੇ, ਗੁਰੂ ਉਹਦੇ 'ਤੇ ਰਹਿਮਤ ਵਰਸਾ ਦਿੰਦਾ ਜੇ। ਅੰਦਰ ਸੱਚ ਅਕਾਲ ਪੁਰਖ ਵਾਹਿਗੁਰੂ ਹੋਵੇ, ਸੱਚੇ ਗੁਰੂ ਦੀ ਟੇਕ ਹੋਵੇ, ਅਤੇ ਗੁਰੂ ਕਿਸੇ ਰੂਪ 'ਚ ਆ ਕੇ ਉਹਦੇ ਬਾਹਰ ਦੇ ਬੰਧਨ ਵੀ ਕੱਟ ਦਿੰਦਾ ਹੈ, ਅੰਦਰ ਦੇ ਬੰਧਨ ਵੀ ਕੱਟ ਦਿੰਦਾ ਹੈ। ਉਹ ਰਚਨਾ ਦੇ, ਆਪਣੀ ਰਚਨਾ ਦੇ ਅੰਦਰ ਭਾਈ ਗੁਰਦਾਸ ਸਾਹਿਬ ਨੇ ਸਾਨੂੰ ਗੁਣ ਦੱਸੇ ਨੇ, ਅਵਗੁਣ ਦੱਸੇ ਨੇ, ਤਿਆਗ ਨੇ। ਉਹ ਗੁਰੂ ਦੀ ਉਪਮਾ ਦੱਸੀ ਹੈ, ਗੁਰੂ ਦਾ ਗਿਆਨ ਦੱਸਿਆ ਹੈ, ਗੁਰੂ ਦਾ ਧਿਆਨ ਸਾਨੂੰ ਦੱਸਣਾ ਕੀਤਾ। ਦੁਨੀਆਂ ਦੇ ਲੋਕੋ, ਜੇ ਇਸ ਕਦਰ ਕਮਾਓਗੇ, ਇਸ ਤਰ੍ਹਾਂ ਬਦਲਾਓ ਲਿਆਓਗੇ, ਯਾਦ ਰੱਖਣਾ, ਫਿਰ ਚੜ੍ਹਦੀ ਕਲਾ ਹੋਵੇਗੀ, ਫਿਰ ਚੜ੍ਹਦੀ ਕਲਾ। ਹੁਣ ਕੋਈ ਘਰ ਦਾ ਮੁੰਡਾ ਕੁੜੀ ਏ, ਅਤੇ ਉਹ ਬਾਹਰੋਂ ਲੋਕ ਉਹਨੂੰ ਬੜੇ ਮਿੱਠੇ ਬੋਲ ਬੋਲਣ, ਅਤੇ ਬਾਪੂ ਜਿਹੜਾ ਮਾਂ ਬਾਪ ਹੁੰਦਾ ਨਾ, ਉਹਦੀ ਡਾਂਟ ਦੇ ਅੰਦਰ, ਉਹਦੀ ਤਾੜਨਾ ਦੇ ਵਿੱਚ ਜੀਵਨ ਛੁਪਿਆ ਹੁੰਦਾ। ਉਹ ਦੁਸ਼ਮਣ ਨਹੀਂ ਹੁੰਦੇ ਆਪਣੇ ਬੱਚਿਆਂ ਦੇ, ਔਰ ਉਹਨਾਂ ਦੀ ਤਾੜਨਾ ਦੇ ਵਿੱਚ, ਉਹਨਾਂ ਦੀ ਝਿੜਕ ਦੇ ਵਿੱਚ ਸੁੱਖ ਹੁੰਦਾ। ਅਤੇ ਮਹਾਰਾਜ ਕਹਿੰਦੇ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਫਿਰ ਮਿੱਠਾ ਲੱਗੇ। ਜਿਹਨੂੰ ਲੱਗਣ ਲੱਗ ਪਿਆ ਵੀ ਇਹ ਮੈਨੂੰ ਨਹੀਂ ਪਤਾ, ਇਹ ਗੱਲ 'ਚ ਰਾਜ ਕੋਈ ਹੋਵੇਗਾ, ਮੇਰਾ ਭਲਾ ਹੀ ਹੈ। ਜਿਹੜਾ ਭਲਾ ਜਾਣਦਾ ਉਹਨੂੰ ਗੱਲ ਨਾਲ ਲਾਉਂਦਾ। ਬਾਹਰਦਿਆਂ ਨੂੰ ਮਾਂ ਬਾਪ ਦਾ ਬੜਾ, ਕਿਸੇ ਦਿਆਂ ਦਾ ਸਤਿਕਾਰ ਕਰੇ, ਪਰ ਆਪਣੇ ਦਾ ਨਾ ਕਰੇ। ਯਾਦ ਰੱਖੋ, ਵਸੀਤ ਤਾਂ ਬਾਪੂ ਆਪਣੇ ਨੇ ਹੀ ਕਰਾਉਣੀ ਆ ਨਾ। ਵੰਡ ਜਿਹੜੀ ਆ ਨਾ, ਚਾਹੇ ਉਹ ਥੋੜ੍ਹੀ ਹੋਵੇ ਘਰ ਦੀ ਜਾਇਦਾਦ ਦੀ, ਅਤੇ ਚਾਹੇ ਅਰਬਾਂ ਪਤੀ ਹੋਵੇ, ਉਹ ਆਪਣੇ ਬਾਪੂ ਦੇ ਹਿੱਸੇ ਵਿੱਚੋਂ ਹੀ ਆਉਣੀ ਆ ਨਾ। ਕਿਸੇ ਦੇ ਬਾਪੂ ਨੇ ਕੁਝ ਨਹੀਂ ਦੇ ਦੇਣਾ। ਉਹ ਜਿੰਨਾ ਕੁਝ ਮਰਜ਼ੀ ਕਰੀ ਜਾਵੇ, ਇਹਦਾ ਮਤਲਬ ਇਹ ਵੀ ਨਹੀਂ ਕਿ ਉਹਨਾਂ ਦਾ ਨਰਾਦਰ ਕਰੀਏ। ਅਦਬ ਕਰੋ, ਸਤਿਕਾਰ ਕਰੋ, ਪਰ ਸਭਨਾ ਤੋਂ ਜ਼ਿਆਦਾ ਆਪਣੇ ਬਾਪੂ ਨੂੰ ਨਮਸਕਾਰ ਕਰੋ। ਆਪਣੇ ਬਾਪੂ ਦੀ ਜਾਇਦਾਦ ਦਾ ਹਿੱਸਾ ਮਿਲਣਾ ਹੈ। ਸਾਡਾ ਬਾਪੂ ਹੈ ਸਤਿਗੁਰੂ ਗ੍ਰੰਥ ਸਾਹਿਬ, ਸਾਡਾ ਪਿਤਾ ਹੈ ਸਤਨਾਮ ਵਾਹਿਗੁਰੂ। ਇਹਦਾ ਅਦਬ ਸਤਿਕਾਰ ਕਰੋ। ਅਸੀਂ ਆਪਣੇ ਮਾਂ ਬਾਪ ਦੀ ਸੇਵਾ ਕਰੀਏ, ਸਤਿਗੁਰੂ ਦੀ ਸੇਵਾ ਕਰੀਏ, ਆਪਣੇ ਪਿਤਾ ਦੀ ਗੱਲ ਨੂੰ ਮੰਨੀਏ। ਅਸੀਂ ਤਾਂ ਇਹਨੂੰ ਛੱਡ ਕੇ ਪਰਾਇਆ ਰਾਤਾ, ਆਪਣਾ ਛੋੜ ਪਰਾਇਆ ਰਾਤਾ, ਉੱਧਰ ਨੂੰ ਚੱਲ ਪਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਘਰ ਵੱਲ ਨੂੰ ਮੁੜੋ, ਟਿਕਾਣਾ ਤੁਹਾਡਾ ਘਰ ਜੇ। ਔਰ ਪੰਛੀ ਵੀ ਦੋ ਕੱਖ ਰੱਖਦੇ, ਉਹ ਵੀ ਮੁੜਦੇ ਆਪਣੇ ਘਰ ਨੂੰ। ਮੁੜ ਇੱਥੇ ਮਹੱਲ ਬਣਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗਾ ਫੇਰਾ, ਘਰ ਵਿੱਚ ਟਿਕ ਜਾਵੇਂਗਾ, ਸੁੱਖ ਪਾਵੇਂਗਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਮੁੜਨਾ ਕਿਵੇਂ, ਤੁਰਨਾ ਕਿਵੇਂ ਆ, ਜੁੜਨਾ ਕਿਵੇਂ ਆ, ਉਹ ਸਾਨੂੰ ਆਪਣੀ ਰਚਨਾਵਲੀ ਅੰਦਰ ਦੱਸਦੇ ਆ ਰਹੇ। ਉਹਨਾਂ ਦੀ ਰਚਨਾ ਕਵਿਤ ਸਵਾਈਆਂ ਦੇ ਵਿੱਚ ਆਪਾਂ ਸੁਣਦੇ ਆ ਰਹੇ ਹਾਂ। ਭਾਈ ਸਾਹਿਬ ਕਹਿੰਦੇ, ਘੱਟ ਘੱਟ ਅੰਤਰ ਆਓ ਸਰਬ ਨਿਰੰਤਰ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੁੱਖ ਕੱਟਣਹਾਰਾ, ਜਿਹੜਾ ਰੋਗਣ ਤੇ ਆ, ਰਸੋਗਣ ਤੇ, ਦਲ ਜੋਗਣ ਤੇ, ਬਹੁ ਭਾਤ ਬਚਾਵੈ, ਸਤਰ ਅਨੇਕ ਤਲਾਵਤ ਘਾਵ ਤਉ, ਤਨ ਏਕ ਨ ਲਾਗਣ ਪਾਵੈ,
ਰੱਖਦਾ ਆਪਣੋ ਕਰਦਾ ਕਿਰਪਾ ਸਮੂਹ ਨਾ ਭੇਟਣ ਪਾਵੈ ਔਰ ਕੀ ਬਾਤ ਕਹਾਂ ਕਹਿ ਤੂੰ ਸਹੁ ਸੋ ਪੇਟ ਹੀ ਕੇ ਪਟ ਬੀਚ ਵਿਚਾਵੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਐਸਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਜਿਹੜਾ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ ਅਨਕ ਭਾਂਤ ਹੋਈ ਪਸਰਿਆ ਨਾਨਕ ਏਕੰਕਾਰ ਇੱਕ ਹੈ ਇੱਕ ਹੈ ਜਿਹੜਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਉਹ ਘੱਟ ਘੱਟ ਅੰਤਰ ਸਰਬ ਨਿਰੰਤਰ ਉਹ ਜਿਹੜਾ ਹੈ ਨਾ ਪਰਿਪੂਰਨ ਪਰਮਾਤਮਾ ਐਸਾ ਅਕਾਲ ਪੁਰਖ ਵਾਹਿਗੁਰੂ ਉਹ ਇੱਕ ਰਸ ਇੱਕੋ ਰੂਪ ਵਿੱਚ ਸਾਰੀ ਕਾਇਨਾਤ ਦੇ ਅੰਦਰ ਭਾਈ ਗੁਰਦਾਸ ਸਾਹਿਬ ਕਹਿੰਦੇ ਰਮਿਆ ਹੋਇਆ ਰਮਿਆ ਹੋਇਆ। ਅਤੇ ਜੇ ਸੱਚੀ ਮੁੱਚੀ ਅਸੀਂ ਜਾਣ ਲਈਏ ਨਾ ਕਿ ਰੱਬ ਸਾਰਿਆਂ ਦੇ ਅੰਦਰ ਹੈ ਅਤੇ ਸਾਰੀਆਂ ਜਗਾਵਾਂ 'ਤੇ ਕਿਸੇ ਜਗ੍ਹਾ ਨਾਲ ਨਫ਼ਰਤ ਨਹੀਂ ਕਿਸੇ ਮਨੁੱਖ ਨਾਲ ਈਰਸ਼ਾ ਦੁਐਸ਼ ਨਹੀਂ ਵਿਰੋਧ ਨਹੀਂ ਕਿਸੇ 'ਤੇ ਕ੍ਰੋਧ ਨਹੀਂ ਸਭਨਾਂ ਨਾਲ ਪ੍ਰੇਮ ਹੋਏਗਾ ਸਾਰੇ ਆਪਣੇ ਲੱਗਣਗੇ ਸਾਰਿਆਂ ਨੂੰ ਕਲਾਵੇ ਵਿੱਚ ਲਵਾਂਗੇ ਸਾਰਿਆਂ ਨੂੰ ਗਲਵਕੜੀ ਵਿੱਚ ਲਵਾਂਗੇ ਜਦੋਂ ਆਪਣਾ ਹੋਇਆ। ਔਰ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਰਿਆਂ ਅੰਦਰ ਇੱਕ ਰਸ ਪਰਮਾਤਮਾ ਰਮਿਆ ਸਾਰਿਆਂ ਦੇ ਅੰਦਰ ਸੂਖਮ ਸਥੂਲ ਮੂਲ ਕੈਸੇ ਪਹਿਚਾਨੀ ਹੈ। ਕਹਿ ਲੱਗੇ ਸੂਖਸ਼ਮ ਰੂਪ ਅੰਦਰ ਜੋ ਸੂਖਸ਼ਮ ਹੁੰਦਾ ਹੈ ਜੋ ਬਰੀਕ ਤੋਂ ਬਰੀਕ ਹੈ ਕੁਝ ਆਪਾਂ ਬਾਹਰੀ ਤੌਰ 'ਤੇ ਦਿਖਾਵੇ 'ਤੇ ਜਾਣ ਲਈਏ ਅਤੇ ਇੱਕ ਨਿੱਕੀਆਂ ਨਿੱਕੀਆਂ ਇੱਕ ਤਾਂ ਕੀੜੀਆਂ ਥੋੜ੍ਹੀਆਂ ਜਾਂ ਮੋਟੀਆਂ ਹੁੰਦੀਆਂ ਇੱਕ ਉਦੋਂ ਵੀ ਬਰੀਕ ਉਦੋਂ ਵੀ ਬਰੀਕ ਹੁੰਦੀਆਂ ਨੇ ਉਹ ਗੜੀ ਪੈਣੀਆਂ ਦਿਸਦੀਆਂ ਹੀ ਨਹੀਂ ਛੇਤੀ ਅਤੇ ਉਦੋਂ ਪਤਾ ਲੱਗਦਾ ਜਦੋਂ ਦੰਦੀ ਵੱਢਦੀਆਂ ਨੇ ਬਈ ਇੱਥੇ ਕੀ ਲੜ ਗਿਆ। ਔਰ ਇੱਕ ਇਹਦੂ ਸੂਖਸ਼ਮ ਹੁੰਦੇ ਉਹ ਵੀ ਨਹੀਂ ਦਿਖਾਈ ਦਿੰਦੇ ਜਿਵੇਂ ਦਹੀਂ ਵਿੱਚ ਦੁੱਧ ਵਿੱਚ ਔਰ ਤਾਕਤ ਵਾਲੇ ਕੀਟਾਣੂ ਹੁੰਦੇ ਆ ਕਦੇ ਦਹੀਂ ਨੂੰ ਨਾ ਉਹ ਲੈਂਜ ਸਿਸਟਮ ਨਾਲ ਦੇਖਿਆ ਜੇ ਇੰਨੀ ਕਿਰਨਾ ਹੋ ਜਾਂਦੀ ਕਿ ਖਾਣ ਨੂੰ ਜੀ ਨਹੀਂ ਕਰਦਾ ਉਹ ਜਿਹੜੇ ਹੁੰਦੇ ਆ ਨਾ ਉਹਦੇ 'ਚੋਂ ਤਾਕਤ ਵਾਲੇ ਕੀਟਾਣੂ ਉਹ ਕੁਰਬਲ ਕੁਰਬਲ ਗੜਬੜ ਗੜਬੜ ਪਏ ਕਰਦੇ ਹੁੰਦੇ ਨੇ ਇਸ ਕਰਕੇ ਉਹਦੇ ਅੰਦਰ ਵੀ ਜੀਵ ਉਹ ਸੂਖਸ਼ਮ ਤੋਂ ਸੂਖਸ਼ਮ ਅਤਿ ਸੂਖਸ਼ਮ ਜੀਵਾਤਮਾ ਆ ਜੀਵਾਤਮਾ ਤਾਂ ਹੈ ਜੇ ਪਰਮਾਤਮਾ ਦੀ ਉਹ ਹੈ ਸਤਾ ਉਹ ਰੂਪ ਅਤੇ ਅਸਥੂਲ ਪਸ਼ੂ ਪੰਛੀ ਪਰਿੰਦੇ ਕੀੜੇ ਮਕੌੜੇ ਆਪਾਂ ਮੈਂ ਤੁਸੀਂ ਸਾਰਿਆਂ ਦੇ ਵਿੱਚ ਮੂਲ ਜਿਹੜਾ ਇਹਨਾਂ ਸਾਰਿਆਂ ਦਾ ਮੁੱਢੇ ਜਿਹੜਾ ਸਾਰਿਆਂ ਦੀ ਉਤਪਤੀ ਲਹਿਤਾ ਪਾਲਣਾ ਪੋਸ਼ਣਾ ਕਰਨ ਵਾਲਾ ਹੈ ਨਾ ਸਤਨਾਮ ਵਾਹਿਗੁਰੂ ਉਹ ਸਾਰਿਆਂ ਦੇ ਵਿੱਚ ਹੈ। ਅਤੇ ਭਾਈ ਸਾਹਿਬ ਕਹਿੰਦੇ ਕੈਸੇ ਪਹਿਚਾਨੀਏ ਉਹਦੀ ਪਹਿਚਾਨ ਕਿਵੇਂ ਕਰੀਏ ਜਿਹੜਾ ਐਸਾ ਪਰਮਾਤਮਾ ਹੈ ਉਹਦੀ ਪਹਿਚਾਨ ਕਿਸ ਕਦਰ ਕਰੀਏ। ਫਿਰ ਭਾਈ ਸਾਹਿਬ ਕਹਿੰਦੇ ਨਿਰਗੁਣਾ ਅਦ੍ਰਿਸ਼ਟ ਦ੍ਰਿਸ਼ਟ ਮਹਿ ਨਾਨਾ ਪ੍ਰਕਾਰ ਕਹਿੰਦੇ ਨਿਰਗੁਣ ਰੂਪ ਦੇ ਅੰਦਰ ਨਿਰਗੁਣ ਉਹ ਹੁੰਦਾ ਜਿਹੜਾ ਦਿਸੇ ਨਾ। ਰੱਬ ਦੇ ਵੀ ਦੋ ਰੂਪ ਨੇ ਅਤੇ ਲੁਕਾਈ ਦੇ ਵੀ ਸੰਸਾਰ ਦੇ ਵੀ ਦੋ ਰੂਪ ਨੇ। ਕਹਿੰਦੇ ਬਈ ਉਹ ਨਿਰਗੁਣ 'ਚ ਦਿਸਦਾ ਨਹੀਂ ਅਦ੍ਰਿਸ਼ਟ ਦਿਸਦਾ ਨਹੀਂ ਇਹਨਾਂ ਨੇਤਰਾਂ ਨਾਲ ਪਰੇ ਤੋਂ ਪਰੇ। ਕਹਿੰਦੇ ਦ੍ਰਿਸ਼ਟ ਮੈਂ ਨਾਨਾ ਪ੍ਰਕਾਰ ਦ੍ਰਿਸ਼ਟੀ ਕਿਵੇਂ ਆਉਂਦਾ ਹੈ ਉਹ ਨਾਨਾ ਪ੍ਰਕਾਰ ਨਾਨਾ ਮੈਂ ਆਉਂਦਾ ਅਨੇਕਾਂ ਅਨੇਕਾਂ ਪ੍ਰਕਾਰ ਦੇ ਨਾਲ ਫਲ ਫੁੱਲ ਪੌਦਿਆਂ ਪਾਣੀ ਪਸ਼ੂ ਪੰਛੀਆਂ ਪੁਰਿੰਦਿਆਂ ਮਨੁੱਖਾਂ ਦੇਵਾਂ ਦੈਂਤਾਂ ਦੇ ਅੰਦਰ ਸਤਾ ਰੂਪ ਹੋ ਕੇ ਵਸਿਆ ਜਿਹੜਾ ਉਹਨੂੰ ਪ੍ਰਗਟ ਕਰ ਲੈਂਦਾ ਹੈ ਨਾ ਉਹਨੂੰ ਸਭਨਾ ਵਿੱਚ ਨਜ਼ਰ ਆਉਣ ਲੱਗ ਜਾਂਦਾ ਹੈ ਸਾਰੀਆਂ ਜਗਾਵਾਂ 'ਤੇ। ਅਤੇ ਨਹੀਂ ਤਾਂ ਮੇਰੇ ਤਰ੍ਹਾਂ ਮੇਰੇ ਵਰਗਾ ਸਾਰੀ ਉਮਰ ਵੈਰ ਹੀ ਵਿੱਢੀ ਰੱਖਦਾ ਪ੍ਰੇਮ ਵਾਲੀ ਪਰਿਭਾਸ਼ਾ ਭੁੱਲ ਜਾਂਦਾ ਹੈ ਜਿਹਦੇ ਅੰਦਰ ਜਿਵੇਂ ਜਿਵੇਂ ਪਰਮਾਤਮਾ ਦੀ ਜੋਤ ਜਗਮਗਾਉਣ ਲੱਗਦੀ ਹੈ ਉਵੇਂ ਉਵੇਂ ਅਦਬ ਸਤਿਕਾਰ ਵਧਣ ਲੱਗ ਜਾਂਦਾ ਹੈ। ਕਹਿਣ ਲੱਗੇ ਉਹ ਨਦਰ ਨਾਨਾ ਪ੍ਰਕਾਰ ਦੇ ਵਿੱਚ ਆਉਂਦਾ ਹੈ ਅਨੇਕਤਾ ਦੇ ਵਿੱਚ ਆਉਂਦਾ ਹੈ ਪਰਿਪੂਰਨ ਪਰਮਾਤਮਾ ਅਲੱਖ ਲੱਖ ਉਹਨਾਂ ਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਅਲੱਖ ਸਰੂਪ ਪਰਮਾਤਮਾ
ਲਖਣਾਂ ਦਾ ਉਹ ਜੀਵ ਦੀ ਆਪਣੀ ਬੁੱਧ, ਆਪਣੀ ਚਾਤੁਰਤਾ, ਆਪਣੀ ਚਲਾਕੀ, ਆਪਣੀ ਸਿਆਣਪਤਾ, ਆਪਣਾ ਗਿਆਨ, ਆਪਣੀ ਪੁੜਾਈ, ਇਹਦੇ ਨਾਲ ਜਾਣਿਆ ਨਹੀਂ ਜਾਂਦਾ। ਕੀ ਇਹਦਾ ਮਤਲਬ? ਅਸੀਂ ਪੜ੍ਹਨਾ ਛੱਡ ਦਈਏ, ਅਸੀਂ ਸਿਆਣਪਤਾ ਤੋਂ ਮੂਰਖਤਾ ਵੱਲ ਆ ਜਾਈਏ? ਨਹੀਂ, ਇਹਦਾ ਮਤਲਬ ਇਹ ਨਹੀਂ। ਕੋਈ ਆਪਣੇ ਹੀ, ਅਸੀਂ ਕਈ ਵਾਰ ਨਾ, ਮੈਂ ਸੁਣਦਾ ਹੁੰਦਾ ਬਾਣੀ ਦੇ ਮਤਲਬ ਵੀ ਆਪਣੇ ਹੀ ਬਣਾਏ ਹੁੰਦੇ ਆ, ਉਹ ਕਿਸੇ ਵੀ ਡਿਕਸ਼ਨਰੀ ਦੇ ਵਿੱਚ ਨਹੀਂ ਆਏ ਹੁੰਦੇ। ਬਹੁਤ ਆਦ ਅੰਦਰ ਉਹਨਾਂ ਨੂੰ ਟੀਕਾਕਾਰਾਂ ਨੇ ਵੀ ਕੂਟ ਨਹੀਂ ਕੀਤਾ ਹੁੰਦਾ, ਆਪਣੇ ਹੀ ਮਤਲਬ ਬਣਾ ਬਣਾ ਛੱਡੀ ਜਾਣਗੇ। ਅਤੇ ਔਰ ਭਾਈ ਸਾਹਿਬ ਕਹਿੰਦੇ ਨੇ ਛੱਡਣਾ ਕੀ ਏ, ਇਹਨਾਂ ਸਭਨਾਂ ਦੀ ਹਉਮੈ, ਵਿੱਦਿਆ ਪੜ੍ਹੀਏ ਗੁਰੂ ਦੀ ਏ, ਵਿੱਦਿਆ ਪੜ੍ਹਨੀ ਗੁਰੂ ਨੇ ਦਿੱਤੀ। ਜੇ ਗੁਰੂ ਬੋਧੀ ਨਾ ਦਿੰਦਾ ਤਾਂ ਵਿੱਦਿਆ ਕਾਹਦੇ ਨਾਲ ਪੜ੍ਹ ਲੈਂਦਾ? ਗੁਰਪ੍ਰਸਾਦੀ ਵਿੱਦਿਆ ਪੜ੍ਹੇ, ਪੜ੍ਹ ਪੜ੍ਹ ਪਾਵੇ ਮਾਣ, ਬੜਾ ਸਤਿਕਾਰ ਮਿਲਦਾ ਨਾ। ਕੋਈ ਗਿਆਨੀ ਬਣ ਗਿਆ, ਕੋਈ ਗ੍ਰੰਥੀ ਬਣ ਗਿਆ, ਕੋਈ ਰਾਗੀ ਬਣ ਗਿਆ, ਕੋਈ ਐਡਵੋਕੇਟ ਬਣ ਗਿਆ, ਕੋਈ SSP ਬਣ ਗਿਆ, ਕੋਈ DSP ਬਣ ਗਿਆ, ਕੋਈ ਕੁਝ ਬਣ ਗਿਆ। ਅੱਗੇ ਜਿੰਨੇ ਮਰਜ਼ੀ ਰੁਤਬੇ ਬਣਾਈ ਜਾਓ, ਅੱਗੇ ਹੱਥ ਜੋੜ ਕੇ ਖੜ੍ਹੇ ਹੁੰਦੇ ਨਾ ਸਾਰੇ, ਅਦਬ ਸਤਿਕਾਰ ਹੈ ਨਾ, ਮਾਨ ਹੈ ਨਾ। ਅਤੇ ਜੇ ਉਹਨੂੰ ਹੰਕਾਰ ਹੋ ਜਾਵੇ ਬਈ ਮੇਰੀ ਲਿਆਕਤ ਦਾ ਕੌਣ ਹੈ ਫਲਾਂ ਨੇ, ਫਿਰ ਕਈ ਵਾਰ ਆਪਾਂ ਦੇਖਦੇ ਉਹਨਾਂ ਦੇ ਹੱਥਾਂ ਵਿੱਚ ਹੱਥ ਘੜੀਆਂ, ਅਤੇ ਉਹ ਵੀ ਜੇਲ੍ਹਾਂ 'ਚ ਡੱਕੇ ਜਾਂਦੇ ਨੇ। ਔਰ ਮਹਾਰਾਜ ਸਾਹਿਬ ਕਹਿੰਦੇ ਦੇਖ ਮਨੁੱਸ਼, ਹੰਕਾਰ ਨਾ ਕਰੀ ਇਹਨਾਂ ਦਾ, ਇਹਨਾਂ ਦਾ ਦੁਰ ਉਪਯੋਗ ਨਾ ਕਰੀ, ਇਹਨਾਂ ਦਾ ਗਲਤ ਇਸਤੇਮਾਲ ਨਾ ਕਰੀ। ਤੇਰੇ ਕੋਲ ਵਿੱਦਿਆ ਗਿਆਨ ਸੰਸਾਰ ਦਾ ਹੈ, ਇਹ ਸੰਸਾਰ ਦੀ ਨਗਾਰਤਾ ਵੱਲ ਨੂੰ ਨਾ ਲੈ ਕੇ ਤੁਰ ਪਈ, ਨਗਾਰਤਾ ਵਾਲੀ ਸੋਚ ਨਾ ਲੈ ਕੇ ਤੁਰ ਪਈ, ਔਰ ਬਰਬਾਦੀ ਵਾਲੀ ਸੋਚ ਨਾ ਲੈ ਕੇ ਤੁਰ ਪਈ, ਆਬਾਦੀ ਵਾਲੀ। ਇਹਨੂੰ ਸਵਾਰਿਆ ਕਿਵੇਂ ਜਾਵੇ, ਸੁਧਾਰਿਆ ਕਿਵੇਂ ਜਾਏ, ਇਹੋ ਜਿਹੀ ਸੋਚ ਲੈ ਕੇ ਤੁਰੀ। ਰੱਬ ਦਾ ਦਿੱਤਾ ਗਿਆਨ ਹੈ, ਰੱਬ ਦੀ ਅਮਾਨਤ ਸਮਝ ਕੇ, ਭੰਡਾਰਾ ਸਮਝ ਕੇ ਇਹਨੂੰ ਵਰਤਾਈ, ਗੁਰੂ ਕਿਰਪਾ ਕਰੇਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਅਲੱਖ, ਲਖਣੇ ਤੋਂ ਪਰੇ ਆਪਣੀ ਬੁੱਧ ਅਹੰ ਨਾਲ ਕਦੇ ਨਹੀਂ ਜਾਣਿਆ ਜਾਂਦਾ। ਕੈਸੇ ਔਰ ਆਨੀਏ, ਹਿਰਦੇ ਵਿੱਚ ਉਹਨੂੰ ਪ੍ਰਗਟ ਕਿਵੇਂ ਕਰੀਏ? ਭਾਈ ਸਾਹਿਬ ਕਹਿੰਦੇ ਸਤ ਰੂਪ ਸਤ ਨਾਮ, ਉਹ ਸਤ ਸਰੂਪ, ਸੱਚ ਹੀ ਸਰੂਪ ਹੈ ਪਰਮਾਤਮਾ, ਅਤੇ ਉਹਨੂੰ ਜਾਣਨਾ ਕਿਵੇਂ? ਸਤ ਨਾਮ, ਸੱਚਾ ਉਹਦਾ ਨਾਮ ਹੈ। ਸਾਡੇ ਜਿੰਨੇ ਆਪਣੇ ਨਾਮ ਹੈ ਨਾ, ਇਹ ਮਿਟਦੇ ਨੇ। ਆਪਣੇ ਤੋਂ ਦਾਦਾ ਪਿਤਾ, ਦਾਦਾ ਪੜਦਾਦਾ, ਔਰ ਜਿਹੜਾ ਖੜਦਾਦਾ, ਲੱਕੜ ਦਾਦਾ, ਅਗੜ ਦਾਦਾ, ਵੈਸੇ ਤਾਂ ਗੁਰੂ ਦੀ ਕਿਰਪਾ ਅਗੜ ਦਾਦੇ ਤੱਕ ਕੋਈ ਇਹਨੂੰ ਜਾਣਕਾਰੀ ਹੈ, ਦਾਦਾ ਅਤੇ ਪੜਦਾਦਾ ਵੱਧ ਤੋਂ ਵੱਧ ਬਹੁਤ ਆਦਿ ਅੰਦਰ ਇੰਨੀ ਕੁ ਜਾਣਕਾਰੀ ਹੁੰਦੀ ਹੈ। ਉਦੋਂ ਅੱਗੇ ਦਾਦਾ ਪੜਦਾਦਾ, ਲੱਕੜ ਦਾਦਾ, ਅਗੜ ਦਾਦਾ, ਉਦੋਂ ਅੱਗੇ ਦੀ ਅੱਗੇ, ਇਸ ਤਰ੍ਹਾਂ ਹੀ ਨਾਨਕਿਆਂ ਵੱਲੋਂ ਆ। ਸਾਨੂੰ ਇਹ ਨਾਮ ਮਿਟ ਜਾਂਦੇ ਨੇ, ਮਿਟ ਜਾਂਦੇ ਨੇ ਚਿੱਤ ਦੇ ਵਿੱਚੋਂ, ਮਿਟ ਜਾਂਦੇ ਨੇ। ਉਹ ਕੋਈ ਪੁੱਛ ਲਵੇ ਫਿਰ ਘਰੇ ਜਾ ਕੇ ਪੁੱਛੀਦਾ ਵੱਡਿਆਂ ਨੂੰ ਕਿਉਂ ਸੀ, ਕਿੱਥੇ ਸੀ, ਜਾਂ ਕੋਈ ਲਿਖਤ ਪਈ ਹੋਵੇ ਫਿਰ ਪਤਾ ਲੱਗਦਾ, ਨਹੀਂ ਤਾਂ ਨਹੀਂ ਲੱਗਦਾ। ਕਹਿਣ ਲੱਗੇ ਨਾਮ ਦੁਨਿਆਵੀ ਆ ਨਾ, ਇਹ ਮਿਟ ਗਏ, ਇਹ ਮਿਟ ਗਏ। ਜਿਹੜੇ ਨਾਮ ਤਰੀਕ ਰੱਬ ਦਾ ਨਾਮ ਜਪਣ ਲੱਗ ਪਏ ਨਾ, ਉਹਨਾਂ ਦੇ ਨਾਮ ਅੱਜ ਵੀ ਨੇ, ਅੱਜ ਵੀ ਮੌਜੂਦ ਨੇ। 500 ਸਾਲਾਂ ਦੇ ਰਿਸ਼ੀਆਂ ਦੇ ਨਾਮ ਨੇ, ਭਗਤਾਂ ਦੇ ਨਾਮ ਨੇ, 10,000 ਸਾਲਾਂ ਦੇ ਭਗਤਾਂ ਦੇ ਨਾਮ ਨੇ, ਰਿਸ਼ੀਆਂ ਦੇ ਨਾਮ ਨੇ, ਗੁਰਸਿੱਖਾਂ ਦੇ, ਭਗਤਾਂ ਦੇ, ਬੰਦਗੀ ਵਾਲਿਆਂ ਦੇ ਨਾਮ ਹੈ। ਕਿਉਂ? ਉਹਨਾਂ ਰੱਬ ਦੀ ਇਬਾਦਤ ਕੀਤੀ ਔਰ ਰੱਬ ਨਾਲ ਜੁੜ ਗਏ, ਉਹਨਾਂ ਦੇ ਨਾਮ ਵੀ ਰੱਬ ਨੇ ਸੰਸਾਰ ਵਿੱਚ ਪੂਜੇ ਯੋਗ ਬਣਾ ਦਿੱਤੇ, ਭਗਤਾਂ ਦੇ, ਸੰਤਾਂ ਦੇ, ਗੁਰਸਿੱਖਾਂ ਦੇ, ਰਿਸ਼ੀਆਂ ਦੇ, ਔਰ ਉਹਨਾਂ ਨੂੰ ਜੋੜ ਦਿੱਤਾ। ਐਸੇ ਪਰਮਾਤਮਾ ਦਾ ਨਾਮ ਸੱਚੇ, ਸਾਡੇ ਨਾਮ ਝੂਠ ਨੇ, ਇਹ ਮਿਟਦੇ ਨੇ। ਉਹ ਸਦੀਵ ਕਾਲੇ, ਇਹ ਮੈਂ ਨਹੀਂ ਕਹਿੰਦਾ ਵੀ ਉਹ ਨਾਮ ਜਿਹੜੇ ਜਪਦੇ ਉਹਨਾਂ ਦਾ ਰਹਿੰਦਾ, ਮਹਾਰਾਜ ਕਹਿੰਦੇ ਨੇ, ਮਹਾਰਾਜ ਕਹਿੰਦੇ ਨਾਮ ਰਹਿਓ ਜਿਹੜਾ ਵਾਹਿਗੁਰੂ ਦਾ, ਸਾਧੂ ਰਹਿਓ ਜਿਹੜਾ ਜਪਦਾ, ਅਤੇ ਰਹਿਓ ਗੁਰਗੋਬਿੰਦ, ਗੋਬਿੰਦ ਮਾਲਕ ਵਾਹਿਗੁਰੂ ਨੇ ਰਹਿਣਾ, ਉਹਦਾ ਨਾਮ ਰਹਿਣਾ,
ਤੇ ਸਾਧੂ ਜਿਹਨੇ ਸਾਧਨਾ ਕੀਤੀ ਜਪਿਆ ਹੈ ਨਾ, ਉਹਦਾ ਨਾਮ ਵੀ ਸਦੀਵ ਕਾਲ ਰਹਿਣਾ, ਮਿਟਣਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੱਲਦਾ ਰਹਿਣਾ ਹੈ, ਸਤਿਗੁਰ ਗਿਆਨ ਧਿਆਨ। ਸੱਚੇ ਗੁਰੂ ਦਾ, ਅੰਧਕਾਰ ਕੱਟਣ ਹਾਰੇ ਪਰਮਾਤਮਾ ਦਾ ਜਿਹੜਾ ਨਾ ਗਿਆਨ ਉਹ ਪ੍ਰਗਟ ਕਰ। ਗਿਆਨ ਬੜੇ ਪ੍ਰਕਾਰ ਦਾ ਹੈ, ਨੌਲੇਜ ਬੜੇ ਪ੍ਰਕਾਰ ਦੀ ਹੈ। ਸਾਨੂੰ ਕਿਤੇ ਨੌਲੇਜ ਇਕੱਠੀ ਗੁਰੂ ਦੀ ਹੋਵੇ, ਗੁਰੂ ਦਾ ਪ੍ਰਕਾਸ਼ ਹੋਵੇ, ਚਾਨਣਾ ਹੋਵੇ, ਦਿਸਣ ਲੱਗ ਜਾਏ, ਚੱਲਣ ਲੱਗ ਪਈਏ, ਔਰ ਨਹੀਂ ਤਾਂ ਗਿਆਨ ਤੋਂ ਬਗੈਰ ਅੰਧੇਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਗੁਰੂ ਨੇ ਕਿਰਪਾ ਕਰਕੇ ਗਿਆਨ ਅੰਜਨ ਗੁਰ ਦੀਆ, ਗਿਆਨ ਦਾ ਜਿਹੜੀਆਂ ਅੱਖਾਂ ਮਨ ਬੁੱਧ ਰੂਪ ਨੇਤਰ ਸੀ ਨਾ, ਉਹਨਾਂ ਵਿੱਚ ਅਵਰਣ ਦੋਸ਼ ਹੋ ਗਿਆ, ਮੈਲ ਆ ਗਈ, ਉਹਨੂੰ ਕੱਟਣ ਵਾਸਤੇ ਗਿਆਨ ਰੂਪ ਸੁਰਮਾ ਦਿੱਤਾ। ਅਗਿਆਨ ਚਲਾ ਜਾਏ, ਇਹਨੂੰ ਦਿਸਣ ਲੱਗ ਜਾਏ, ਪਰਦਾ ਮੈਲ ਪਾਸੇ ਹੋ ਜਾਏ, ਮਲੀਨਤਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਜਿਹੜਾ ਉਹ ਅਵਰਣ ਦੋਸ਼ ਪਰਦਾ ਮੈਲ ਮੂਹਰੇ ਅੱਖਾਂ ਦੇ ਆਉਣ ਕਰਕੇ ਧੁੰਦਲਾ ਦਿਆ ਦਿਸਣ ਲੱਗ ਪਿਆ ਸੀ ਨਾ, ਜਿਵੇਂ ਡਾਕਟਰਾਂ ਕੋਲ ਜਾਈਏ ਨਾ, ਉਹ ਇੱਕ ਪਰਦਾ ਪਤਲਾ ਹੁੰਦਾ ਅੱਖਾਂ 'ਤੇ, ਜਿਹਦੇ ਨਾਲ ਰੋਸ਼ਨੀ ਘਟਦੀ ਮੱਧਵ ਪੈਨ ਹੁੰਦੀ ਹੈ, ਉਹਨੂੰ ਚੱਕ ਦਿੰਦੇ ਨੇ, ਅਤੇ ਔਰ ਜਾਂ ਜੇ ਚੱਕਿਆ ਨਹੀਂ ਫਿਰ ਉਹਦੇ 'ਤੇ ਇੱਕ ਪਰਦਾ ਉੱਤੇ ਹੋਰ ਦਿਸਣ ਵਾਲਾ ਪਾ ਦਿੰਦੇ, ਜਿਹਨੂੰ ਆਪਾਂ ਹੁਣ ਲੈਂਜ ਸਿਸਟਮ ਕਹਿੰਦੇ ਹਾਂ। ਵੀ ਲੈਂਜ ਪਾ ਦਿੱਤਾ ਅਤੇ ਬਹੁਤ ਦੂਰ ਤੱਕ ਮੈਨੂੰ ਦਿਸਣ ਲੱਗ ਪਿਆ। ਗੁਰੂ ਕੀ ਕਰਦਾ ਹੈ, ਔਰ ਅੱਖਾਂ ਦੀ ਜਿਵੇਂ ਡਾਕਟਰ ਸਾਫ਼ ਸਫਾਈ ਕਰਕੇ ਲੈਂਜ ਪਾ ਕੇ ਦੂਰ ਤੱਕ ਦਿਸਣ ਲਾ ਦਿੰਦੇ ਨੇ, ਐਵੇਂ ਹੀ ਸਤਿਗੁਰੂ ਮਨ ਬੁੱਧ ਨੇਤਰਾਂ ਦੀ ਸਾਫ਼ ਸਫਾਈ ਕਰਕੇ ਨਾ ਗਿਆਨ ਦਾ ਇਹਦੇ ਵਿੱਚ ਪਰਦਾ ਚਾਨਣਾ ਪਾ ਦਿੰਦੇ, ਫਿਰ ਬੜੀ ਦੂਰ ਤੱਕ ਦੇਖਦਾ ਹੈ। ਦੇਹ ਲੰਮੀ ਨਦਰ ਨਿਹਾਲੀ ਹੈ, ਦੂਰ ਤੱਕ ਦੇਖਦਾ ਹੈ। ਅਤੇ ਫਿਰ ਡਾਕਟਰ ਉਹਨਾਂ ਅੱਖਾਂ ਦਾ ਕੁਝ ਪਰਹੇਜ਼ ਦੱਸਦੇ ਆ ਨਾ, ਕਿ ਇਹਨੂੰ ਜ਼ਿਆਦਾ ਧੂੰਏ 'ਚ ਨਹੀਂ ਲੈ ਕੇ ਬਹਿਣਾ, ਜ਼ਿਆਦਾ ਘੱਟੇ 'ਚ ਨਹੀਂ ਜਾਣਾ, ਆਹ ਨਹੀਂ ਕਰਨਾ, ਨਹੀਂ ਤਾਂ ਖਰਾਬ ਹੋ ਜਾਣਗੀਆਂ। ਐਵੇਂ ਹੀ ਮਨ ਬੁੱਧ ਨੇਤਰਾਂ ਦਾ ਪਰਹੇਜ਼, ਮਾੜੀਆਂ ਜਗਾਵਾਂ 'ਤੇ ਮਾੜਾ ਦੇਖਣਾ, ਸੁਣਨਾ, ਕਰਨਾ, ਉਹਦੇ ਤੋਂ ਗੁਰੂ ਵੀ ਪਰਹੇਜ਼ ਦੱਸਦੇ ਨੇ। ਕਹਿੰਦੇ ਉਹ ਗਿਆਨ ਗੁਰੂ ਦਾ, ਗੁਰਬਿਨ ਗਿਆਨ ਨਾ ਹੋਏ, ਗੁਰੂ ਤੋਂ ਬਗੈਰ ਗਿਆਨ ਨਹੀਂ, ਗੁਰੂ ਤੋਂ ਬਗੈਰ ਪ੍ਰਕਾਸ਼ ਨਹੀਂ। ਮਹਾਰਾਜ ਕਹਿੰਦੇ ਧਿਆਨ, ਧਿਆਨ ਹੋਵੇ ਗੁਰੂ ਦਾ, ਅਤੇ ਜਿਹਦੇ ਕੋਲ ਗੁਰੂ ਦਾ ਗਿਆਨ ਅਤੇ ਧਿਆਨ ਜਿਹਨੇ ਪ੍ਰਾਪਤ ਕਰਨਾ ਹੈ ਨਾ, ਉਹ ਆਪਣੀ ਸੂਝ ਬੂਝ ਸਮਝ ਨੂੰ ਛੱਡ ਕੇ ਅਤੇ ਗੁਰੂ ਅੱਗੇ ਆ ਕੇ ਇੱਕ ਅਰਦਾਸ ਕਰਦਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਮਹਾਰਾਜ ਨਾ ਮੇਰੇ ਕੋਲ ਗਿਆਨ ਹੈ, ਤੈਨੂੰ ਮਿਲਣਾ ਕਿਵੇਂ ਆ, ਪਾਉਣਾ ਕਿਵੇਂ ਆ, ਨਾ ਧਿਆਨ ਹੈ, ਤੂੰ ਕਿੱਥੇ ਵੱਸਣਾ ਹੈ, ਕਿਹੋ ਜਿਹਾ ਹੈ, ਤੇਰੀਆਂ ਗੱਲਾਂ ਸੁਣੀਆਂ ਨੇ ਅਤੇ ਚਾਹਨਾ ਇੱਛਾ ਹੈ ਕਿ ਤੈਨੂੰ ਦੇਖਾਂ, ਤੈਨੂੰ ਮਿਲਾਂ, ਤੇਰੀਆਂ ਗੱਲਾਂ ਸੁਣੀਆਂ, ਤੁਰਿਆ, ਔਰ ਸਾਰ ਨਾ ਜਾਣਾ ਤੇਰੀ, ਸਾਰ ਮੈਨੇ ਖਬਰ ਹੁੰਦੀ ਹੈ, ਬਈ ਮੈਨੂੰ ਪਤਾ ਕੋਈ ਨਹੀਂ ਕਿਹੜੇ ਲੋਕ ਵਿੱਚ ਕਿਹੜੀ ਜਗ੍ਹਾ 'ਤੇ ਕਿਹੋ ਜਿਹੇ ਰੂਪ ਵਿੱਚ ਕੈਸਾ ਹੈ, ਦਿਸਦਾ ਕੋਈ ਨਹੀਂ ਔਰ ਪਤਾ ਕੋਈ ਨਹੀਂ। ਗਿਆਨ ਧਿਆਨ ਕਿਛੁ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ 'ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸਭ ਤੋਂ ਵੱਡਾ ਗੁਰੂ ਹੈ ਜਿਹਨੇ ਕਲਯੁਗ ਵਿੱਚ ਮੇਰੀ ਰੱਖਿਆ ਕੀਤੀ ਆ ਨਾ, ਰਕਸ਼ਾ ਕੀਤੀ ਆ, ਔਰ ਉਹ ਸਾਰਿਆਂ ਨਾਲੋਂ ਵੱਡਾ ਹੈ, ਉਹਦੇ ਬਰਾਬਰ ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹੀ ਨਿਰਮਲ ਕਰਨੀ। ਨਿਰਮਲ ਮੈਣਾ ਹੁੰਦਾ ਪਵਿੱਤਰ, ਮੈਲ ਤੋਂ ਰਹਿਤ, ਮੇਰੀ ਕਰਨੀ, ਮੇਰਾ ਜੀਵਨ, ਕਾਰੋਬਾਰ, ਵਿਵਹਾਰ, ਇਹ ਨਿਰਮਲ ਪਵਿੱਤਰ ਨਹੀਂ, ਇਹ ਵੀ ਮੈਲ ਵਾਲਾ, ਦੋਸ਼ਾਂ ਵਾਲਾ ਹੈ। ਨਾ ਹੀ ਨਾ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਵੋ, ਤੁਸੀਂ ਗੁਰੂ ਸਾਹਿਬ ਕਿਰਪਾ ਕਰੋ,
ਅਤੇ ਜਿਹੜੀ ਸਾਧ ਸੰਗਤ ਇਹ ਨਾ ਅੰਚਲ ਮਹਿਣਾ ਹੁੰਦਾ ਪੱਲਾ, ਇਹਦਾ ਪੱਲਾ ਪਕੜਨਾ ਕੀ ਇਹ ਸਾਧ ਸੰਗਤ ਦਾ, ਜਿਸ ਤਰ੍ਹਾਂ ਆਪ ਆ ਕੇ ਸੱਜ ਕੇ ਬੈਠਦੇ ਹਾਂ, ਗੁਰੂ ਦੀ ਗੱਲ ਸੁਣਦੇ ਹਾਂ, ਮਹਾਰਾਜ ਇਹ ਸਾਨੂੰ ਸਬੱਬ ਬਖਸ਼ੋ, ਸਾਧ ਸੰਗਤ ਕੇ ਅੰਚਲ ਲਾਵੋ, ਫਿਰ ਬਿਖਮ ਨਦੀ ਜੈ ਤਰਨੀ। ਜਿਹੜੀ ਬਿਖਮ ਸਾਗਰ ਹੈ ਨਾ, ਬੜਾ ਕਠਿਨ ਔਖਿਆਲਾ, ਉਹ ਤਰ ਜਾਵਾਂਗੇ, ਫਿਰ ਡਰ ਕੋਈ ਨਹੀਂ, ਤੇਰੀ ਕਿਰਪਾ ਹੋ ਜਾਵੇ। ਉਹ ਗਿਆਨ ਅਤੇ ਧਿਆਨ ਗੁਰੂ ਦਾ ਪੂਰਨ ਬ੍ਰਹਮ ਸਰਬੱਤਮ ਕੈ ਮਾਨੀ ਹੈ, ਜਿਹਦੇ ਦੋ ਗੱਲਾਂ ਗੁਰੂ ਦੀਆਂ ਸਾਡੇ ਕੋਲ ਆ ਗਈਆਂ, ਧਿਆਨ ਅਤੇ ਗਿਆਨ। ਸਾਰੇ ਕੋਈ ਗੱਲ ਕਰਦਾ ਹੈ ਨਾ, ਅਤੇ ਬੇਸ਼ੱਕ ਕਈ ਵਾਰ ਨਾ ਕਈ ਐਸੇ ਪਿਆਰੇ ਮਿਲ ਜਾਂਦੇ ਆ। ਇੱਕ ਵਾਰ ਐਸਾ ਹੋਇਆ, ਮੈਂ ਆਪਣੀ ਗੱਡੀ ਠੀਕ ਕਰਾਉਣ ਗਿਆ ਖੰਨਾ ਮੋਟਰਜ ਵਾਲਿਆਂ ਦੇ, ਅਤੇ ਬੈਠਾ ਉੱਥੇ ਕੋਈ ਇੱਧਰੋਂ ਰਾਜਸਥਾਨ ਵੱਲੋਂ ਆਇਆ, ਉਹਨੇ ਬੜੀ ਸੁੰਦਰ ਗੱਲ ਸੁਣਾਈ ਜਾਵੇ ਅਤੇ ਬੜਾ ਰਸ, ਪਰ ਉਹਨੂੰ ਪਤਾ ਨਹੀਂ ਸੀ ਇਹ ਗੱਲ ਹੈ ਕਿਹਦੀ। ਉਹ ਕਹੀ ਜਾਵੇ ਕੋਈ ਸਾਧੂ ਜਨ, ਅਤੇ ਮੈਂ ਸੁਣੀ ਗਿਆ ਕੋਲ ਬੈਠੇ, ਔਰ ਭਾਈ ਚਰਨ ਸਿੰਘ ਵੀ ਕੋਲ ਸਨ, ਮਿਸਤਰੀ ਸਿੰਘ, ਅਤੇ ਬੜਾ ਰਸ ਸੀ, ਬੜੇ ਪ੍ਰੇਮ ਨਾਲ ਉਹ ਸੁਣਾ ਰਿਹਾ ਸੀ, ਇਹ ਨਹੀਂ ਕਿ ਫੋਰਮੈਲਿਟੀ ਜੀ ਨਾ, ਬੜੇ ਪ੍ਰੇਮ ਨਾਲ ਉਹ ਸੁਣਾ ਰਿਹਾ ਸੀ। ਅਤੇ ਉਹਨੂੰ ਮੈਂ ਬਾਅਦ 'ਚ ਦੱਸਿਆ, ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਕਿਹਾ ਇਹ ਘਟਨਾ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਕਹਿੰਦਾ ਜੀ ਬਹੁਤ ਧੰਨਵਾਦ। ਕਹਿੰਦਾ ਮੇਰੀ ਦਾਦੀ ਸਾਨੂੰ ਨਿੱਕਿਆਂ ਨਿੱਕਿਆਂ ਨੂੰ ਸੁਣਾਉਂਦੀ ਹੁੰਦੀ ਸੀ, ਅਤੇ ਅੱਜ ਮੇਰੇ ਚੇਤੇ, ਮੇਰੇ ਨਾਂ ਚੇਤੇ ਕੋਈ ਨਹੀਂ ਸੀ, ਮੇਰੇ ਗਿਆਨ 'ਚ ਵਾਧਾ ਹੋਇਆ। ਕਹਿੰਦਾ ਧੰਨਵਾਦ ਇਹ ਤੁਹਾਡਾ, ਨਹੀਂ ਤਾਂ ਉਹੋ ਜਿਹਾ ਹੁੰਦਾ ਮੇਰੇ ਗੱਲ ਪੈ ਜਾਂਦਾ। ਮੈਂ ਕਿਹਾ ਦਾਦੀ ਦੀ ਸੁਣਾਈ ਗੱਲ ਅੱਜ ਵੀ ਉਹਦੇ ਚਿੱਤ ਦੇ ਅੰਦਰ ਵਸੀ, ਅਤੇ ਜਦੋਂ ਉਹਨੇ ਮੇਰੇ ਕੱਪੜੇ ਧਾਰਮਿਕ ਵੇਖੇ ਅਤੇ ਔਰ ਉਸ ਤਰ੍ਹਾਂ ਦੇ ਕੀਰਤਨ ਦੀ ਧੁਨ ਨੂੰ ਸੁਣਿਆ, ਲੱਗੀ ਹੋਈ ਉੱਥੇ ਕੀਰਤਨ ਦੀ ਧੁਨੀ ਸੀ, ਅਤੇ ਪਿਆਰਿਓ ਉਹਦੇ ਅੰਦਰੋਂ ਉਹ ਬੀਜ ਉਂਗਰ ਕੇ ਆਇਆ, ਉਹ ਅੱਜ ਵੀ ਗਿਆਨ ਅੰਦਰੋਂ ਗੁਰੂ ਦੀ ਗੱਲ ਪ੍ਰਗਟ ਹੋਏ ਆਈ। ਮਹਾਰਾਜ ਕਹਿੰਦੇ ਫਿਰ ਉਹ ਸਾਰੀਆਂ ਜਗਾਵਾਂ 'ਤੇ ਦਿਸਣ ਲੱਗ ਜਾਂਦਾ ਹੈ, ਨਦਰ ਆਉਂਦਾ ਹੈ, ਉਹਦੀ ਗੱਲ ਸਮਝ ਆਉਣ ਲੱਗ ਜਾਂਦੀ ਹੈ। ਪੂਰਨ ਬ੍ਰਹਮ ਸਰਬਾਤਮਕ ਕਹਿ ਮਾਨੀਏ, ਉਹ ਬ੍ਰਹਮ ਨੂੰ ਪਰਿਪੂਰਨ, ਸਰਬਾਤਮ ਸਾਰੀਆਂ ਆਤਮਾਵਾਂ, ਸਾਰੇ ਸਰੀਰਾਂ ਵਿੱਚ, ਸਾਰੀਆਂ ਜਗਾਵਾਂ 'ਤੇ ਉਹਨੂੰ ਰਮਿਆ ਹੋਇਆ ਜਾਣ, ਫਿਰ ਗੱਲ ਬਣੇਗੀ, ਤੇਰੇ ਅੰਦਰ ਉਹ ਗੱਲ ਹੋਵੇ। ਅਤੇ ਮੈਨੂੰ ਬੜੀ ਕਾਰਗਰ ਉਹ ਗੱਲ ਲੱਗੀ ਮਨ ਨੂੰ, ਭਾਈ ਮੈਂ ਕਿਹਾ ਇਹਦੀ ਦਾਦੀ ਕਿੰਨੀ ਭਲੀ ਸੀ, ਪੋਤਿਆਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਬਾਤਾਂ ਸੁਣਾਉਂਦੀ ਰਹੀ, ਅੱਜ ਉਹਨਾਂ ਦੇ ਅੰਦਰ ਉਹ ਚੇਤਾ ਹੈ। ਇਹ ਸਾਡੇ ਘਰਾਂ ਦਾ ਨਾ ਕਲਚਰ ਸੀ, ਹੁਣ ਗੜੀ ਪਹਿਣਾ ਹੋਰ ਹੀ ਕੰਮ ਬਣ ਗਿਆ, ਔਰ ਜਿੱਥੇ ਸਹੂਲਤਾਂ ਸਨ ਨਾ ਉੱਥੇ ਉਹ ਉਲਟਾ ਪੱਖ ਵੀ ਲੈ ਗਈਆਂ। ਮੋਬਾਈਲ ਫੋਨ ਸਹੂਲਤਾਂ ਸੀ, ਇਹ ਵੀ ਉਲਟਾ ਪੱਖ ਲੈ ਗਈਆਂ। ਬੱਚੇ ਧਾਰਮਿਕ ਕੋਈ ਇੱਕ ਅੱਧਾ ਹੋਵੇਗਾ, ਨਹੀਂ ਤਾਂ ਧਾਰਮਿਕ ਇਹਦੇ ਇਹਨਾਂ 'ਤੇ ਨਹੀਂ ਜੇ ਦੇਖਿਆ ਜਾਂਦਾ, ਨਹੀਂ ਜੇ ਸੁਣਿਆ ਜਾਂਦਾ। ਲਚਰਪੁਣਾ ਜਿੰਨਾ ਮਰਜ਼ੀ, ਜਿਹੜੇ ਮਰਜ਼ੀ ਮੁੰਡੇ ਕੁੜੀ ਨੂੰ ਦੇਖ ਲਿਆ, ਜੇ ਕੰਨਾਂ 'ਚ ਏਅਰਫੋਨ ਜੇ ਲਾਏ ਹੋਣਗੇ ਅਤੇ ਔਰ ਚੱਲਣਗੇ ਗੀਤ, ਕਦੇ ਤੜਕੇ ਤੜਕੇ ਜੇ ਜਾਂਦੇ ਹੋ ਕਮ ਸੇ ਕਮ ਕੀਰਤਨ ਲਾ ਲਓ, ਦੋ ਘੰਟੇ ਘੰਟਾ ਮਹਾਰਾਜ ਲਈ ਦੇ ਦਿਓ, ਰੱਬ ਨੂੰ ਦੇ ਦਿਓ, ਰੱਬ ਨੇ ਤੁਹਾਨੂੰ ਸਾਰਾ ਜੀਵਨ ਦਿੱਤਾ ਹੋਇਆ ਹੈ, ਤੁਸੀਂ ਘੰਟਾ ਦੋ ਘੰਟਾ ਨਹੀਂ ਉਹਨੂੰ ਦੇ ਸਕਦੇ। ਬਾਣੀ ਸੁਣੋ, ਕਿਸੇ ਕਥਾ ਵਾਚਕ ਦੀ ਕਥਾ ਸੁਣੋ, ਲੈਕਚਰਾਰ ਦਾ ਲੈਕਚਰ ਸੁਣੋ, ਉਹਦੇ ਨਾਲੇ ਤੁਹਾਡੀ ਨੌਲੇਜ ਵਿੱਚ ਵਾਧਾ ਹੋਵੇਗਾ, ਤੁਹਾਨੂੰ ਆਪਣੇ ਧਰਮ ਬਾਰੇ ਪਤਾ ਹੋਵੇਗਾ। ਜਦੋਂ ਕੋਈ ਲੈਕਚਰ ਦਿੰਦਾ ਜਾਂ ਸਵਾਲ ਕਰ ਦਿੰਦਾ ਹੈ ਨਾ, ਉਦੋਂ ਅਸੀਂ ਐਨ ਜਿਵੇਂ ਮੂੰਹ 'ਚ ਜ਼ਬਾਨ ਨਹੀਂ ਹੁੰਦੀ, ਇਸ ਤਰ੍ਹਾਂ ਬੁੱਤ ਬਣ ਕੇ ਅਗਲੇ ਦੇ ਅੱਗੇ ਖੜ੍ਹ ਜਾਂਦੇ, ਸਾਨੂੰ ਕੋਈ ਪਤਾ ਨਹੀਂ। ਕਹਿੰਦਾ ਯਾਰ ਤੂੰ ਸਿੱਖ, ਤੇਰੇ ਬਾਣਾ ਪਾਇਆ, ਉਹ ਤੂੰ ਸਿੱਖਾਂ ਦੇ ਘਰ ਜੰਮਿਆ, ਉਹ ਤੈਨੂੰ ਪਤਾ ਕੋਈ ਨਹੀਂ, ਪਤਾ ਨਹੀਂ ਕਿੰਨੀਆਂ ਕੁ ਪੁਸ਼ਤਾਂ ਉਹ ਸਾਡੀਆਂ ਫੋਲ ਦਿੰਦਾ। ਅਸੀਂ ਫਿਰ ਬੇਇੱਜ਼ਤੀ ਕਰਾ ਕੇ ਐਨ ਪੜ੍ਹੇ ਲਿਖੇ ਹੋ ਕੇ ਵੀ, ਅਨਪੜ੍ਹਾਂ ਨੂੰ ਵੀ, ਔਰ ਜਿਹੜੀ ਇਹ ਜ਼ਿਆਦਾ ਬੇਇੱਜ਼ਤੀ ਕਰਾ ਕੇ ਫਿਰ ਚੁੱਪ ਕਰ ਜਾਂਦੇ। ਇਸ ਕਰਕੇ ਅਸੀਂ ਧਾਰਮਿਕਤਾ ਨੂੰ ਅਪਣਾਈਏ, ਉਸ ਵੱਲ ਨੂੰ ਚੱਲੀਏ, ਉਹਨੂੰ ਸੁਣੀਏ। ਅਤੇ ਘਰਾਂ ਵਿੱਚ ਮਾਈਆਂ ਬੀਬੀਆਂ ਜਦੋਂ ਬੱਚਿਆਂ ਨੂੰ ਲੋਰੀ ਦਿੰਦੀਆਂ ਹੋ ਨਾ, ਜਾਂ ਛੋਟੇ ਬੱਚਿਆਂ ਨੂੰ ਗੱਲਾਂ ਸੁਣਾਉਣੀਆਂ ਹੋ, ਖਿਡਾਉਣੀਆਂ ਹੋ, ਉਦੋਂ ਬਾਣੀ ਪੜ੍ਹਿਆ ਕਰੋ, ਵਾਹਿਗੁਰੂ ਦਾ ਜਾਪ ਕਰਿਆ ਕਰੋ ਬੱਚਿਆਂ ਨੂੰ, ਔਰ ਉਹ ਸੁਣਾਇਆ ਕਰੋ ਜੋ ਸਾਡੇ ਗੁਰੂ ਦੇ ਗੁਰੂ ਇਤਿਹਾਸ ਦੀ ਗੱਲ। ਅਤੇ ਹੁਣ ਤਾਂ ਬੜੀ ਸਹੂਲਤ ਹੈ ਇਸ ਸੋਸ਼ਲ ਮੀਡੀਏ 'ਤੇ,
और टीवियां ते बड़ा एक वजह साढ़े को इलैक्ट्रॉनिक मीडिया के द्वारा कोई धार्मिक कोई कथा कोई कीर्तन कोई जड़ी सिख इतिहास नाल और मिलती हुई उदे ते बनी हुई मूवी आ सीरियल वो दिखा दियो कम से कम बच्चे नूं ये तो पता लगेगा ना साहबजादे किवें सी बाबा बंदा सिंह बहादुर ने की कीता सी वड्डे साहबजादियां ने की कीता सी और उन्हां दे द्वारा छोटे बच्चों चेते हो जाता है पर गल की है गड़ी पैना ना साड़ी रुचि बनी जिन्ना चेर साड़ी घरे मावां दी रुचि नहीं ना धार्मिक बनेगी गुस्ताखी माफ आए तो मत्था टेक के मुड़ गए और उन्ना चेर असी बच्चियां नूं इस पासे नहीं लिया सकते और आप कृपा करो घरां विच मैं पहला भी कई वेर कहा है और साडे घरां च ना पहला रेडियो हुंदे सी ते हुंदे सी सी मैं शब्द तां वरत्या हुण इहनां दा बहुत आद अंदर विचारियां दा भोग पै गया है हुण इहनां नूं कोई नहीं पुछदा उदों की हुंदा सी साडे बजुर्गां ने अमृत वेले दरबार साहिब दा कीर्तन लाउणा भी उत्थे जा नहीं सकते केवल जो चल रहा है हू बहू सुन रहा है इत्थे ते मैं ये भी देखिया कि साडे बजुर्ग ने ना करे और जो अरदास होनी कहे उन्हें कहना जे उत्थे नहीं जा सकते इत्थे ही दो मिनट खलो जाया करो जो सचखंड श्री दरबार साहब अरदास होनी ना रेडियो विच उन्हें कहना इत्थे ही खलो जाया करो और जदों दे गड़ी पने टीवी आए बहुत आद अंदर सारे नहीं बहुत आद अंदर सानू एक बीमारी टीवी दी है ना वो सारे बच्चों तो लैके बजुर्गों तक बीमारी लग गई ना दिने टीवी खेड़ा छड़े ना रात छड़े दो वक्त टीवी दा रेडियो दा रब नू दे दियो घर विच तुहाडे सचखंड श्री हरिमंदर साहब दा कीर्तन चले सुबह भी शाम तड़के तड़के उठ के ही ना जदों महाराज अकाल तख्त साहब तो आउंदे आ घरे ही हाथ जोड़ के अरदास कर लिया करो ते उत्थों ही मंग लिया करो दाता सर्व व्यापक के दर्शन करो लोग किन्नी माया इकट्ठी करके जा और यात्रा जा के और उधर नूं जांदे दर्शना वास्ते तुसी घरे ही देदार कर लो जेडे नहीं जा सकते वो घरां च प्रथा बनाइए घंटा और अद्धा घंटा गुरु साडे घर झात मारेगा दुख दलिद्र चले जाणगे इन्नियां कु बेनतियां प्रवान अज दी विचार कल दी अगे करांगे गरीब नवाज कृपा करन ये गुण साडी जिंदगी विच उतर आवन औगन साडी जिंदगी चो चले जावन गुरु नाल जुड़िए गुरु वाले बनीए गुरु गुरु जपिए गुरु साडी बौड़ी करेगा इन्नियां बेनतियां प्रवान जी वाहिगुरु जी का खालसा वाहिगुरु जी की फतेह।